नमस्कार दोस्तों, मैं शक्ति जनरेटर पटियाला से। ये हमने दुनिया की सबसे छोटी डी वाटरिंग मशीन बनाई है, जो कि 3 HP 3 फेज मोटर के साथ है। ये आप देख सकते हैं, हम इसमें सलरी डाल रहे हैं, गोबर वाला पानी। ये हमारी इस मशीन की प्रोडक्शन 500 केजी पर आवर की है। ये आप देख सकते हैं, हमने इसमें लिक्विड काउडंग डाला है, लिक्विड सलरी वाला काउडंग डाला है। और आप देख सकते हैं, आगे से हमारा सॉलिड लिक्विड सेपरेट हो जाएगा। देख रहे हैं आप, ये आप देख सकते हैं हमारा मटेरियल बिल्कुल ड्राई है। नहीं लग सकती तो लंच फर्क नहीं, लंच सेम कर दो, सेम सेम थोड़ी बड़ी मोटर अच्छी जा रही है। ਮੇਰੇ ਪਾ ਕੇ ਦੇਖੀ ਹੋਣੀ ਕੰਮ ਕਰਦੀ ਆ ਕਿਹੜੀ ਦੇਖੇ ਤਾਂ ਪੱਕਾ ਹੋ ਗਿਆ ਹੁਣ ਦੇਖੇ ਚਲਾ ਕੇ ਉੱਪਰ ਜੇ ਬੰਨ ਕੇ ਪੂਰੀ ਲਾਣੀ ਪੈ ਲੈ 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 ਜੂਗਾ ਨਹੀਂ ਪਾਣੀ ਪੈਗੀ ਉੱਪਰ ਲਾਣਾ ਪਊਗਾ ਉਹ ਚੱਕ ਕੇ ਇਹ ਫਸਾ ਦੇ ਨਾ ਬਸ ਉਹਨੂੰ ਫਸਾ ਦੋ ਦੇਖੋ ਪਾ ਕੇ ਐਵੇਂ ਚੱਲਦੀ ਚੱਲਦੀ ਪਾ ਦੋ ਫਟਾਫਟ ਪਾ ਤਾਰ ਕੋ ਫੋਨ ਤੁਸੀਂ ਉਹ ਗੁੱਲੀ ਹੋ ਗਈ ਬਾਓ ਭਾਈ ਜਿਹੜਾ ਪਿਆ ਉਹ ਧੱਕ ਲੈਣ ਦੋ ਪਹਿਲਾਂ ਖਾਲੀ ਹੋ ਗਿਆ ਆ ਜਾ ਮਨੀਤ ਮੇਰੀ ਪੁਆ ਆਓ ਬਹੁਤ ਜਲਦੀ ਨਵੇਂ ਬੰਦੇ ਨੇ ਆਪਣੇ ਬਣਾਉਣੇ ਇਸ ਕੰਮ ਦੇ ਵਾਸਤੇ ਨਵੇਂ ਲੈਵਲ ਤੇ ਜਾਂਦੀ ਨਹੀਂ ਮੈਨੂੰ ਲਓ ਜੀ ਭਰ ਗਈ ਮੈਂ ਤਾਂ ਨਹੀਂ ਚੱਲ ਜਾ ਲੈ 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 ਪਾਪਾ ਚਾਹ ਤਾਰ ਲਗਾ ਕਨੈਕਸ਼ਨ ਲਾ ਯਾਰ ਮਸ਼ੀਨ ਖਾਲੀ ਨਹੀਂ ਹੋਣੀ ਚਾਹੀਦੀ ਨਹੀਂ ਫਿਰ ਬੰਦ ਕਰ ਦੇ ਬਰੀਕ ਕਰਨ ਵਾਲਾ ਕਿਉਂ ਕਾਲਾ ਕੱਢੇ ਬਾਹਰ ਨਹੀਂ ਲੱਗਦਾ ਜਾਂਦੇ
ਉਦੋਂ ਮਾਲਸ ਗਿੱਲਾ ਸੀਗਾ ਬਰੀਕ ਕਰਨਾ ਉਹ ਤਾਂ ਬਰੀਕ ਹੋਈ ਜਾਣੇ ਨੇ ਇਹਦਾ ਰਬੜ ਵਾਲਾ ਜਿਵੇਂ ਰਬੜ ਦੀ ਮਸ਼ੀਨ ਮਾਲ ਕੱਢਦੀ ਹੈ